ਸੰਜੇਤ ਸਿੰਘ ਨੂੰ ED ਨੇ ਅਰੈਸਟ ਕਰ ਲਿਆ ਆਮ ਆਦਮੀ ਪਾਰਟੀ ਉਹ ਰੋਲਾ ਪਾ ਪਾ ਕਹਿ ਰਹੀ ਹੈ ਵੈਂਡੇਟਾ ਪੋਲਿਟਿਕਸ ਆ ਤੁਸੀਂ ਪੰਜਾਬ ਚ ਅਰੈਸਟ ਕਰੋ ਕੋਈ ਇਮਾਨਦਾਰੀ ਆ ਦਿੱਲੀ ਦੇ ਅੰਦਰ ਸ਼ਰਾਬ ਘਟਾਲੇ ਤੁਸੀਂ ਅਰੈਸਟ ਹੋ ਤੇ ਵੈਂਡੇਟਾ ਪੋਲਿਟਿਕਸ ਆ ਤੁਸੀਂ ਜਿਹਨੂੰ ਅਰੈਸਟ ਕਰੋ ਉਹ ਦੋ ਦੋ ਮਹੀਨੇ ਚ ਜ਼ਮਾਨਤ ਹੋ ਜਾਂਦੀਆਂ ਨੇ ਦਿੱਲੀ ਸ਼ਰਾਬ ਘਟਾਲੇ ਜਿਹੜੇ ਅਰੈਸਟ ਹੋਏ ਨੇ 8-8 ਮਹੀਨੇ ਚੋ ਜੇਲ੍ਹ ਚ ਬੈਠੇ ਨੇ ਕੋਈ ਕੋਰਟ ਜ਼ਮਾਨਤ ਨਹੀਂ ਲੈਂਦੀ ਭਈ ਕੋਰਟ ਕਹਿ ਰਹੀ ਆ ਤੁਸੀਂ ਬੇਈਮਾਨੀ ਕੀਤੀ ਆ 2% ਤੋਂ 12% ਕਿਉਂ ਕਮਿਸ਼ਨ ਕੀਤੀ ਕਿਉਂ ਤੁਸੀਂ ਕਰੋੜਾਂ ਰੁਪਏ ਲਿਆ 100-100 ਕਰੋੜ ਰੁਪਏ 100-100 ਕਰੋੜ ਰੁਪਏ ਅਪਰੰਟ ਲਿਆ ਆਪਣਾ ਸ਼ਰਾਬ ਵਾਲਿਆਂ ਤੋਂ ਔਰ ਦਿਨੇਸ਼ ਸ਼ਰੋੜਾ ਜਿਹੜਾ ਸਰਕਾਰੀ ਗਵਾ ਬਣਾਉਂਨੇ ਦੱਸਿਆ ਕਿ ਕਿਤਰਾ ਸੰਜੇ ਸਿੰਘ ਨੇ 38 ਲੱਖ ਰੁਪਏ ਤੇ ਇੱਕੋ ਵਾਰ ਸ਼ਰਾਬ ਦੇ ਕਾਰੋਬਾਰੀਆਂ ਤੋਂ ਲਿਆ ਕਿਤਰਾ ਲਿਆ ਕਿਹੜੀ ਤਰੀਕ ਨੂੰ ਲਿਆ ਬਕਾਇਦਾ ਡਿਟੇਲਾਂ ਦੇ ਅਸੀਂ ਬੈਂਕ ਦੀ ਡਿਟੇਲਾਂ ਦੱਸੀਆਂ ਨੇ ਤੁਸੀਂ ਸਾਰਾ ਕੁਝ ਲੁੱਟਣ ਤੇ ਲੱਗੇ ਹੋਏ ਜੇ ਤੁਸੀਂ ਕਹਿ ਕੇ ਆਏ ਸੀਗੇ ਕਿ ਅਸੀਂ ਤੇ ਗੱਡੀਆਂ ਛੋਟੀ ਛੋਟੀ ਆਲਟੋ ਗੱਡੀਆਂ ਚ ਘੁੰਮਣਾ ਹੈ ਹੁਣ ਤੁਸੀਂ 2-2 ਕਰੋੜ ਦੀਆਂ ਲੈਂਡ ਕਰੋਜ਼ਾਂ ਚ ਘੁੰਮਦੇ ਪਏ ਜੇ ਤੁਸੀਂ ਕਹਿ ਕੇ ਆਏ ਸੀ ਅਸੀਂ ਦੋ ਇੱਕ ਇੱਕ ਕਮਰੇ ਮਕਾਨ ਚ ਰਹਿਣਾ ਮਾਨਦਾਰ ਲੋਕ ਆ ਹੁਣ 50-50 ਕਰੋੜ ਰੁਪਏ ਦੇ ਬੰਗਲੇ ਚ ਰਹਿ ਰਹੇ ਜੇ ਤੁਸੀਂ ਕਹਿੰਦੇ ਅਸੀਂ ਟ੍ਰੇਨਾਂ ਚ ਪੰਜਾਬ ਜਾਂਦੇ ਸੋ ਅੱਜ ਕੱਲ ਤੁਸੀਂ ਪੰਜਾਬ ਸਰਕਾਰ ਦਾ 50-50 ਲੱਖ ਰੁਪਇਆ ਇੱਕ ਇੱਕ ਵਾਰ ਦਾ ਜਾਇਜ਼ ਦਾ ਪੰਜਾਬ ਦਾ ਉਜਾੜਦੇ ਪਏ ਜੇ ਤੁਸੀਂ ਲੁੱਟੇਰੇ ਬਣ ਕੇ ਆਏ ਸੀ ਸਹੀ ਹਿਸਾਬ ਹੋਏਗਾ ਜਿਹੜਾ ਕਰੋੜਾਂ ਰੁਪਏ ਇਕੱਠਾ ਕੀਤਾ ਏ ਇਹਦਾ ਹਿਸਾਬ ਦੇਣਾ ਪਈਗਾ ਜੇ ਸੰਜੇ ਸਿੰਘ ਦੀ ਵਾਰੀ ਆਈ ਆ ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਕਹਿਣਾ ਚਾਹੁੰਦਾ ਅਰਵਿੰਦ ਕੇਜਰੀਵਾਲ ਜੀ ਜਿਹੜਾ ਤੁਹਾਡਾ ਸੁਪਨਾ ਸੀ ਨਾ ਤੇਜ ਦਾ ਸਭ ਤੋਂ ਅਮੀਰ ਮੁੱਖ ਮੰਤਰੀ ਬਣਨ ਦਾ ਉਹ ਚੂਰ-ਚੂਰ ਹੋ ਗਿਆ ਏ ਔਰ ਤੁਹਾਨੂੰ ਇਸ ਲੁੱਟ-ਖਸੋੜ ਦਾ ਜਵਾਬ ਦੇਣਾ ਪਊਗਾ ਔਰ ਪੰਜਾਬ ਦੀ ਜਿਹੜੀ ਐਕਸਾਈਜ਼ ਪਾਲਿਸੀ ਆ ਮੈਂ ਅਫਸਰਾਂ ਨੂੰ ਵੀ ਕਹਿਣਾ ਚਾਹੁੰਦਾ ਏ ਤੇ ਮੰਤਰੀ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਏ ਤੁਹਾਨੂੰ ਵੀ ਜਿਹੜੀ ਤੁਸੀਂ ਪੰਜਾਬ ਚ ਲੁੱਟ ਕਰਦੇ ਪਏ ਜੇ ਹਿਸਾਬ ਉਹਦਾ ਵੀ ਦੇਣਾ ਪਊਗਾ ਸੰਜੇ ਸਿੰਘ ਨੂੰ ED ਨੇ ਅਰੈਸਟ ਕਰ ਲਿਆ ਆਮ ਆਦਮੀ ਪਾਰਟੀ ਨੂੰ ਰੋਲਾ ਪਾ ਪਾ ਕਹਿ ਰਹੀ ਹੈ ਵੈਂਡੇਟਾ ਪੋਲਿਟਿਕਸ ਆ ਤੁਸੀਂ ਪੰਜਾਬ ਚ ਅਰੈਸਟ ਕਰੋ ਕੋਈ ਇਮਾਨਦਾਰੀ ਆ ਦਿੱਲੀ ਦੇ ਅੰਦਰ ਸ਼ਰਾਬ ਘਟਾਲੇ ਤੁਸੀਂ ਅਰੈਸਟ ਹੋ ਤੇ ਵੈਂਡੇਟਾ ਪੋਲਿਟਿਕਸ ਆ ਤੁਸੀਂ ਜਿੰਨੂੰ ਅਰੈਸਟ ਕਰੋ ਉਹਦੇ 2-2 ਮਹੀਨੇ ਚ ਜਮਾਨਤਾਂ ਹੋ ਜਾਂਦੀਆਂ ਨੇ ਦਿੱਲੀ ਸ਼ਰਾਬ ਕੋਟੇਲੇ ਜਿਹੜੇ ਅਰੈਸਟ ਹੋਏ ਨੇ 8-8 ਮਹੀਨੇ ਚੋ ਜੇਲ੍ਹ ਚ ਬੈਠੇ ਨੇ ਕੋਈ ਕੋਰਟ ਜਮਾਨਤ ਨਹੀਂ ਲੈਂਦੀ ਭਈ ਕੋਰਟ ਕਹਿ ਰਹੀ ਆ ਤੁਸੀਂ ਬੇਈਮਾਨੀ ਕੀਤੀ ਆ 2% ਤੋਂ 12% ਕਿਉਂ ਕਮਿਸ਼ਨ ਕੀਤੀ ਕਿਉਂ ਤੁਸੀਂ ਕਰੋੜਾ ਰੁਪਇਆ ਲਿਆ 100-100 ਕਰੋੜ ਰੁਪਇਆ 100-100 ਕਰੋੜ ਰੁਪਇਆ ਅਪਰੰਟ ਲਿਆ ਆਪਣਾ ਸ਼ਰਾਬ ਵਾਲਿਆਂ ਤੋਂ ਔਰ ਦਿਨੇਸ਼ ਸ਼ਰੋੜਾ ਜਿਹੜਾ ਸਰਕਾਰੀ ਗਵਾ ਬਣਾਇਆ ਉਹਨੇ ਦੱਸਿਆ ਕਿਤਰਾ ਸੰਜੇ ਸਿੰਘ ਨੇ 38 ਲੱਖ ਰੁਪਇਆ ਤੇ ਇੱਕੋ ਵਾਰਾ ਸ਼ਰਾਬ ਦੇ ਪੈ ਕਾਰੋਬਾਰੀਆਂ ਤੋਂ ਲਿਆ ਕਿਤਰਾ ਲਿਆ ਕਿਹੜੀ ਤਰੀਕ ਨੂੰ ਲਿਆ ਬਕਾਇਦਾ ਡਿਟੇਲਾਂ ਦੱਸਿਆ ਬੈਂਕ ਦੀ ਡਿਟੇਲਾਂ ਦੱਸਿਆ ਨੇ ਤੁਸੀਂ ਸਾਰਾ ਕੁਝ ਲੁੱਟਣ ਤੇ ਲੱਗੇ ਹੋਏ ਜੇ ਤੁਸੀਂ ਕਹਿ ਕੇ ਆਏ ਸੀਗੇ ਕਿ ਅਸੀਂ ਗੱਡੀਆਂ ਛੋਟੀ ਛੋਟੀ ਆਲਟੋ ਗੱਡੀਆਂ 'ਚ ਘੁੰਮਣਾ ਹੈ ਹੁਣ ਤੁਸੀਂ 2-2 ਕਰੋੜ ਦੀਆਂ ਲੈਂਡ ਕਰੋਜ਼ਾਂ 'ਚ ਘੁੰਮਦੇ ਪਏ ਜੇ ਤੁਸੀਂ ਕਹਿ ਕੇ ਆਏ ਸੀ ਅਸੀਂ 2 ਇੱਕ ਇੱਕ ਕਮਰੇ ਮਕਾਨ 'ਚ ਰਹਿਣਾ ਮਾਨਦਾਰ ਲੋਕ ਆ ਹੁਣ 50-50 ਕਰੋੜ ਰੁਪਏ ਦੇ ਬੰਗਲੇ 'ਚ ਰਹਿ ਰਹੇ ਜੇ ਤੁਸੀਂ ਕਹਿੰਦੇ ਅਸੀਂ ਟ੍ਰੇਨਾਂ 'ਚ ਪੰਜਾਬ ਜਾਂਦੇ ਸੋ ਅੱਜ ਕੱਲ ਤੁਸੀਂ ਪੰਜਾਬ ਸਰਕਾਰ ਦਾ 50-50 ਲੱਖ ਰੁਪਇਆ ਇੱਕ ਇੱਕ ਵਾਰ ਦਾ ਜਾਇਜ਼ ਦਾ ਪੰਜਾਬ ਦਾ ਉਜਾੜਦੇ ਪਏ ਜੇ ਤੁਸੀਂ ਲੁੱਟੇਰੇ ਬਣ ਕੇ ਆਏ ਸੀ ਸੇ ਹਿਸਾਬ ਹੋਏਗਾ ਜਿਹੜਾ ਕਰੋੜਾਂ ਰੁਪਏ ਇਕੱਠਾ ਕੀਤਾ ਏ ਇਹਦਾ ਹਿਸਾਬ ਦੇਣਾ ਪਈਗਾ ਜੇ ਸੰਜੇ ਸਿੰਘ ਦੀ ਵਾਰੀ ਆਈ ਆ ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਕਹਿਣਾ ਚਾਹੁੰਦਾ ਅਰਵਿੰਦ ਕੇਜਰੀਵਾਲ ਜੀ ਜਿਹੜਾ ਤੁਹਾਡਾ ਸੁਪਨਾ ਸੀ ਨਾ ਤੇਜ ਦਾ ਸਭ ਤੋਂ ਅਮੀਰ ਮੁੱਖ ਮੰਤਰੀ ਬਣਨ ਦਾ ਉਹ ਚੂਰ-ਚੂਰ ਹੋ ਗਿਆ ਏ ਔਰ ਤੁਹਾਨੂੰ ਇਸ ਲੁੱਟ ਖਸੋੜ ਦਾ ਜਵਾਬ ਦੇਣਾ ਪਊਗਾ ਔਰ ਪੰਜਾਬ ਦੀ ਜਿਹੜੀ ਐਕਸਾਈਜ਼ ਪਾਲਿਸੀ ਆ ਮੈਂ ਅਫਸਰਾ ਨੂੰ ਵੀ ਕਹਿਣਾ ਚਾਹੁੰਦਾ ਤੇ ਮੰਤਰੀ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਤੁਹਾਨੂੰ ਵੀ ਜਿਹੜੀ ਤੁਸੀਂ ਪੰਜਾਬ ਚ ਲੁੱਟ ਕਰਦੇ ਪਏ ਜੇ ਹਿਸਾਬ ਉਹਦਾ ਵੀ ਦੇਣਾ ਪਊਗਾ